ਇਨਫੋਰਮੇਸ਼ਨ ਸੈਗਮੈਂਟ ਚ ਅੱਜ ਫੇਰ ਸਾਡੇ ਨਾਲ ਗਏ ਤੋਂ ਮਹਾਜਨ ਜੀ ਨੇ ਔਰ ਜਿਵੇਂ ਅੱਗੇ ਵੀ ਇਹਨਾਂ ਨੇ ਕਾਫੀ ਜਿਹੜੀ ਇਨਫੋਰਮੇਸ਼ਨ ਹੈ ਮੁਹੱਈਆ ਕਰਾਈ ਸੀ ਸਾਡੇ ਦਰਸ਼ਕਾਂ ਨੂੰ ਜਿਹੜੇ ਟਰਕਿੰਗ ਇੰਡਸਟਰੀ ਨਾਲ ਕੰਮ ਕਰਦੇ ਨੇ ਅੱਜ ਉਹ ਫੇਰ ਨਵੇਂ ਟਿਪਸ ਲੈ ਕੇ ਆਏ ਨੇ ਔਰ ਕਿਉਂਕਿ ਉਹ ਨੈਸ਼ਨਲ ਸੇਫਟੀ ਕੋਰਡ ਦੇ ਆਡੀਟਰ ਨੇ ਔਰ ਕਾਫੀ ਐਨਐਸਸੀ ਆਡਿਟ ਜਿਹੜੇ ਚੱਲਦੇ ਨੇ ਔਰ ਇਹਦੇ ਨਾਲ ਨਾਲ ਡੀਓਟੀ ডিপਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਿਹੜਾ ਯੂਐਸਏ ਦਾ ਉਹਦੇ ਵੀ ਆਡਿਟ ਹੈ ਔਰ ਉਹ ਕਾਫੀ ਜਿਹੜੀ ਹੈ ਰਿਗਰਸ ਐਫਰਟ ਹੈਗੀ ਹੈ ਔਰ ਉਹਦੇ ਚ ਆਪਣੇ ਜਿਹੜਾ ਭਾਈਚਾਰਾ ਨੂੰ ਬੜੀ ਪ੍ਰੋਬਲਮਸ ਆਂਦੀ ਹੈ ਸੋ ਇਸ ਕਰਕੇ ਇਹ ਇਨਫੋਰਮੇਸ਼ਨ ਜਿਹੜੀ ਹੈ ਟਰਕਿੰਗ ਇੰਡਸਟਰੀ ਨਾਲ ਜੁੜੇ ਸਾਰੇ ਭਰਾਵਾਂ ਲਈ ਬੜੀ ਲਾਹੇਵੰਦ ਹੋਏਗੀ ਗੀਤੂ ਜੀ ਤੁਹਾਡਾ ਸਵਾਗਤ ਹੈ यशवा जी थैंक यू वेरी मच फॉर इनवाइटिंग मेनू दोबारा तो अपने इंफॉर्मेशन सेगमेंट छे ते हारमनी टीवी दे सारे ही दर्शकानो मेरे वालो प्यार भरी सस्नेह का ਤੁਸੀਂ ਮੇਰ ਨਾਲ ਗੱਲ ਕੀਤੀ ਔਰ ਤੁਸੀਂ ਮੈਨੂੰ ਦੱਸਿਆ ਕਿ ਬੜਾ ਲਾਹੇਵੰਦ ਇਨਫੋਰਮੇਸ਼ਨ ਦੇਣ ਜਾ ਰਹੇ ਹੋ ਐਨਐਸਸੀ ਆਡੀਟਰ ਔਰ ਡੀਓਟੀ ਦਾ ਜਿਹੜਾ ਆਡੀਟਰ ਹੈ ਉਹਦੇ ਬਾਰੇ ਸੰਖੇਪ ਚ ਜਿਹੜੇ ਸਾਡੇ ਦਰਸ਼ਕ ਹੈ ਉਹਨਾਂ ਨੂੰ ਦੱਸੋ ਕਿ ਕੀ ਡਾਕੂਮੈਂਟੇਸ਼ਨਸ ਹੈ ਔਰ ਉਹਦਾ ਕੀ ਹੱਲ ਹੈ ਯਸ਼ ਜੀ ਜਸਤੂ ਪਹਿਲੇ ਡਾਕੂਮੈਂਟੇਸ਼ਨ ਤੋਂ ਪਹਿਲੇ ਮੈਂ ਇਸ ਬਾਰੇ ਗੱਲ ਕਰਨਾ ਚਾਹਾਂਗੀ ਕਿ ਆਡਿਟਸ ਆਂਦੇ ਕਿਉਂ ਹੈ ਰਾਈਟ ਕੁਝ ਰੀਜ਼ਨਸ ਐ ਜਿਹਨਾਂ ਦੇ ਮਾਈਨਰ ਸਭ ਤੋਂ ਪਹਿਲੇ ਇਟ ਇਟ ਐਵੀ ਹੋਸਦਾ ਕਿ ਉਹ ਮੋਨਿਟਰੀ ਸਟੇਜ ਤੇ ਹੋਣ ਜਾਂ ਮਿਨਿਸਟਰੀ ਵਾਲੋ ਇੰਟਰਵੈਂਸ਼ਨ ਹੈ ਥੈਂ ਇੰਟਰਵੈਂਸ਼ਨ ਕਿਉਂ ਆਉਂਦੀ ਹੈ ਇੱਥੇ ਅ ਨੈਸ਼ਨਲ ਸੇਫਟੀ ਕੋਡ ਦੇ ਨੰਬਰਸ NSC ਨੰਬਰਸ ਦਿੱਤੇ ਜਾਂਦੇ ਆ ਜਿਹੜੇ ਵੀ ਕੈਰੀਅਰਸ ਜਾਂ ਟਰਕਿੰਗ ਕੰਪਨੀਆਂਜ਼ ਅਲਬਰਟਾ ਚ ਬੇਸਡ ਆ ਠੀਕ ਹੈ ਉਹਨਾਂ ਦਾ ਇੱਕ ਸਪੈਸ਼ਲ ਯੂਨਿਕ ਨੰਬਰ ਹੈ NSC ਨੰਬਰ ਮੈਂ ਸਭ ਤੋਂ ਪਹਿਲੇ NSC ਆਰਡਰਸ ਪਰ ਡਿਸਕਸ ਕਰਾਂਗੀ ਤੇ ਜਦੋਂ ਉਹਦੇ ਵਿੱਚ NSC ਪ੍ਰੋਫਾਈਲ ਕੈਰੀਅਰ ਪ੍ਰੋਫਾਈਲ ਦੇ ਵਿੱਚ ਕਨਵੈਕਸ਼ਨ ਸਟਿਕਟਾ ਕੋਲਿਜਨਸ ਤੇ ਆ ਇਨਸਪੈਕਸ਼ਨਸ ਜਿੰਨੀਆਂ ਵੀ ਐਡ ਹੁੰਦੀਆਂ ਐਡ ਹੋਣ ਤੋਂ ਬਾਅਦ ਇੱਕ ਜਿਹੜਾ ਡਾਟਾ ਐਡ ਹੋਣ ਤੋਂ ਬਾਅਦ ਉਹਨਾਂ ਦੀ ਰੇਟਿੰਗ ਅਪ ਚੱਲ ਜਾਂਦੀ ਹੈ ਤੇ ਜਦੋਂ ਉਹਨਾਂ ਦਾ ਰਿਸਕ ਫੈਕਟਰ ਆਰ ਫੈਕਟਰ ਉੱਪਰ ਜਾਂਦਾ ਹੈ ਤੇ ਮਿਨਿਸਟਰੀ ਵੱਲੋਂ ਇੰਟਰਵੈਂਸ਼ਨ ਸ਼ੁਰੂ ਹੋ ਜਾਂਦੀ ਹੈ ਇਟ ਕੁਡ ਬੀ ਕਿ ਉਹ ਮੋਨਿਟਰਿੰਗ ਸਟੇਜ ਤੇ ਹੈ ਇਸ ਕਾਰਨ ਇੰਟਰਵੈਂਸ਼ਨ ਆ ਗਈ ਜਾਂ ਉਹਨਾਂ ਦਾ ਰਬਣਾ ਕਰੇ ਕੋਈ ਕੋਲਿਜਨ ਹੋ ਗਿਆ ਮੇਜਰ ਔਨ ਸਾਈਡ ਤੇ ਇਨਵੈਸਟੀਗੇਸ਼ਨ ਆ ਗਈ ਅੱਜ ਕੱਲ ਮੈਨੂੰ ਅਭੀ ਸੁਣਨ ਨੂੰ ਆਇਆ ਬਹੁਤ ਜ਼ਿਆਦਾ ਕੰਪਲੇਂਟਸ ਹੁੰਦੀਆਂ ਉਹਨਾਂ ਦੇ ਕਾਰਨ ਵੀ ਇੰਟਰਵੈਂਸ਼ਨਸ ਆ ਜਾਂਦੀਆਂ ਤੇ ਜਦੋਂ ਮਿਨਿਸਟਰੀ ਵੱਲੋਂ ਇੰਟਰਵੈਂਸ਼ਨਸ ਹੁੰਦੀਆਂ ਤੇ ਉਹ ਜਾ ਕੇ ਆਡਿਟਸ 10 ਉਸ ਤੋਂ ਬਾਅਦ ਆਡਿਟਸ ਆਉਂਦੇ ਇਸ ਇਸ ਤੋਂ ਇਲਾਵਾ ਵੀ ਕੁਝ ਰੀਜ਼ਨ ਹੋ ਸਕਦੇ ਹੈ ਪਰ ਮੇਜਰ ਰੀਜ਼ਨਸ ਆਈਐਨਐਸਸੀ ਆਡਿਟਸ ਦੇ ਠੀਕ ਹੈ ਜਾਂ ਰੇਟਿੰਗਸ ਕੰਪਨੀ ਦੀ ਸੇਫਟੀ ਰੇਟਿੰਗਸ ਜਾਂ ਮਿਨਿਸਟਰੀ ਵੱਲੋਂ ਇੰਟਰਵੈਂਸ਼ਨ ਬਿਕਾਜ਼ ਉਹਨਾਂ ਦੀ ਕੋਈ ਕੰਪਲੇਨ ਹੋ ਗਈ ਜਾਂ ਉਹਨਾਂ ਦਾ ਕੋਈ ਕੋਲੀਜਨ ਹੋ ਗਿਆ ਜਿਹੜਾ ਅਨਅਵੋਇਡੇਬਲ ਸੀ ਜਾਂ ਮਿਨਿਸਟਰੀ ਪਰ ਅਨਪ੍ਰੀਵੈਂਟੇਬਲ ਸੀ ਜਾਂ ਕੋਈ ਵੀ ਇਹੋ ਜਿਹਾ ਈਵੈਂਟ ਰੋਡ ਤੇ ਟਾਇਰਾਂ ਦੇ ਟਰੱਕਾਂ ਦੇ ਟਾਇਰ ਨਿਕਲ ਜਾਂਦੇ ਆ ਉਹਨਾਂ ਦੇ ਟਾਇਰ ਆਨ ਦਿ ਰੋਡ 'ਚ ਚਲੇ ਜਾਂਦੇ ਆ ਠੀਕ ਹੈ ਜਾਂ ਕਿਸੇ ਹੋਰ ਦਾ ਕੋਲੀਜਨ ਹੋ ਗਿਆ ਉਹਦੇ ਕਾਰਨ ਸੋ ਐਨ ਇਸਤੇ ਕਾਰਨ ਆਡਿਟਸ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਜਦੋਂ ਮਿਨਿਸਟਰੀ ਵੱਲੋਂ ਇੰਟਰਵੈਂਸ਼ਨ ਆਂਦੀ ਹੈ ਜਦੋਂ ਇਨਵੈਸਟੀਗੇਸ਼ਨ ਆਂਦੀ ਹੈ ਉਦੋਂ ਅਨਾਨਾਊਂਸਡ ਵਾਕਿੰਗ ਕਰਦੇ ਆ ਠੀਕ ਹੈ ਸੇਫਟੀ ਇਨਸਪੈਕਟਰਸ ਅਨ ਇਨਵੈਸਟੀਗੇਟਰਸ ਅਨਾਨਾਊਂਸਡ ਇੰਟਰਵਿਨ ਕਰਦੇ ਆ ਹਮ ਆਈ ਡੋਨਟ ਵਾਂਟ ਟੂ ਸੇ ਮਚ ਪਰ ਮੈਂ ਇੱਕ ਚੀਜ਼ ਐਡ ਕਰਾਂਗੀ ਥੋੜੇ ਦਿਨ ਪਹਿਲੇ ਐਡ ਪੈਫਚ ਇੱਕ ਕੋਚ ਕੰਪਨੀ ਰਾਈਟ ਪੈਸੈਂਜਰਸ ਦਿਨਾਲ ਆ ਗਈ ਹੋਈ ਸੀ ਕੈਲਕੂਟਾ ਮੈਂ ਨਾਮ ਨਹੀਂ ਲੈ ਸਕਦੀ ਉਸ ਕੰਪਨੀ ਤੇ ਨਾ ਬਟ ਉਹਨਾਂ ਦਾ ਜਿਹੜਾ ਪੈਸੈਂਜਰ ਸੀ ਉਹ ਉਸ ਕੋਚ ਦੇ ਸਾਹਮਣੇ ਖੜੇ ਹੋ ਕੇ ਫੋਟੋ ਸ਼ੂਟ ਕਰ ਰਿਹਾ ਸੀ ਬਟ ਡਰਾਈਵਰ ਭੁੱਲ ਗਿਆ ਪਾਵਰ ਬੇਕ ਲਗਾਉਣਾ ਠੀਕ ਹੈ ਐਂਡ ધ ਲੇਡੀ ਵਾਸ 51 ইয়ার্স ওল 51 ਸਾਲ ਦੀ ਸੀ ਮਿਸਿਸ ਆਗਾਦੀ ਸੀ ਤੇ ਉਹਦੇ ਉੱਪਰ ਕੋਚ ਚੱਲੇ ਗਈ ਤੇ ਪਾਣੀ ਦੇ ਵਿੱਚ ਚੱਲੇ ਗਈ ਟਿੱਕ ਗਈ ਤੇ ਸੀ ਡਾਇਰ ਔਨ ਦਾ ਸਪਾਟ ਆ ਖਤਮ ਹੋ ਗਈ ਤੇ ਮਿਨਿਸਟਰੀ ਵਾਲੋਂ ਇਨਵੈਸਟੀਗੇਸ਼ਨ ਹੋਗੀ ਮਿਨਿਸਟਰੀ ਨੇ ਰਾਈਟ ਟੂ ਵੇ ਕੈਨਸਲੇਸ਼ਨ ਕਰ ਦਿੱਤੀ ਉਹਨਾਂ ਦੀ ਸਾਰੀ ਅਥਾਰਟिटीज ਤੇ ਇਨਵੈਸਟੀਗੇਟ ਕੀਤਾ ਤੇ ਇਨ ਫੈਕਟ ਮੈਂ ਕਿਤੇ ਡਾਇਰੈਕਟਲੀ ਡਾਇਰੈਕਟਲੀ ਬਾਚ ਮੇਰੀ ਇਨਵੋਲਵਮੈਂਟ ਹੋਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਤੇ ਮੈਂ ਸਰਪ੍ਰਾਈਜ਼ ਯੂ ਨਾ ਦੀ ਆਡਿਟ ਰਿਪੋਰਟ ਦੇ ਕਿਉਂਕਿ ਮੈਂ ਆਡਿਟ ਨਹੀਂ ਕੀਤਾ ਇਨਵੈਸਟੀਗੇਸ਼ਨ ਸਿਰਫ ਟੂ ਇਨਵੈਸਟੀਗੇਟਰ ਨੇ ਕੀਤਾ ਉਹਨਾਂ ਦੇ ਕੋਲ ਕੋਈ ਵੀ ਪੇਪਰ ਵਰਕ ਨਹੀਂ ਸੀ ਮੈਕਸਿਮ ਕਾਈਂਡ ਆਫ ਪੇਪਰ ਵਰਕ ਉਹਨਾਂ ਕੋਲ ਨਹੀਂ ਸੀ ਤੇ ਆਈ ਰੀਲੀ ਵੁੱਡ ਲਾਈਕ ਟੂ ਮੈਂ ਡਿਸਕਸ ਕਰਨਾ ਚਾਹੁੰਦੀ ਆ ਕਿ ਕਿਹੋ ਜਿਹਾ ਪੇਪਰ ਵਰਕ ਚਾਹੀਦਾ ਮਿਨਿਮਮ ਜੋ ਚਾਹੀਉਂ ਇੱਕ ਟਰੱਕ ਟਰੱਕ ਇੱਕ ਟਰੱਕ ਦੀ ਟਰਕਿੰਗ ਕੰਪਨੀ ਹੈ ਚਾਹੇ ਪੰਜਾਬ ਟਰੱਕਾਂ ਦੀ ਟਰਕਿੰਗ ਕੰਪਨੀ ਹੈ ਜੇ ਅਸੀਂ ਲਾਸਟ ਮਿੰਟ ਚ ਕੁਝ ਇਹੋ ਜੀ ਇਨਵੈਸਟੀਗੇਸ਼ਨ ਦੀ ਵੇਟ ਕਰ ਰਹੇ ਹਾਂ ਅਸੀਂ ਆਡਿਟ ਦੀ ਪ੍ਰੈਪਰੇਸ਼ਨ ਜ਼ਰੂਰ ਕਰ ਸਕਦੇ ਹਾਂ ਮੈਨੂੰ ਲੱਗਦਾ ਹੈ ਤੇ ਪਾਸ ਕਰ ਸਕਦੇ ਆ ਆਡਿਟ ਪਰ ਜੇ ਅਸੀਂ ਆਪਾਂ ਨੀਵਾਣੂ ਪੱਕੀਆਂ ਰੱਖ ਲਈਆਂ ਤੇ ਆਈ ਥਿੰਕ ਸਾਨੂੰ ਪ੍ਰੋਬਲਮ ਕਦੀ ਨਹੀਂ ਆਉਗੀ ਬਿਲਕੁਲ ਠੀਕ ਹੈ ਤੁਸੀਂ ਦੇਖੋ ਪਿੱਛੇ ਬੜੀਆਂ ਜਵਾਨ ਮੋਤਾ ਹੋਈਆਂ ਆ ਟ੍ਰਕਿੰਗ ਇੰਡਸਟਰੀ ਦੇ ਵਿੱਚ ਔਰ ਜਿਹੜਾ ਬ੍ਰੈਡ Winner ਹੈ ਜਾਂ ਜਿਹੜਾ ਦੇਖੋ ਇਹ ਬੜਾ ਦੁਕਾਨਦਾਰ ਹੈ ਦੇਖੋ ਜੀ ਆਪਣਾ ਜਿਹੜਾ ਸਿਰ ਦਾ ਸਾਹ ਚਲੇ ਗਿਆ ਬੱਚਿਆਂ ਦਾ ਮਾਪੇ ਚਲੇ ਗਿਆ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋ ਸਾਰੀ ਸੇਫਟੀ ਤੇ ਖੜੀ ਹੈ ਸੋ ਉਸ ਗੱਲ ਨੂੰ ਫੋਕਸ ਕਰਦੇ ਹੋਏ ਤੁਸੀਂ ਸਾਡੇ ਜਿਹੜੇ ਭਾਈਚਾਰਾ ਸਾਂਝਾ ਕਰੋ ਕਿ ਕਿ ਇਦਾਂ ਉਹ ਸੇਫਲੀ ਆਪਣੀ ਡਰਾਈਵਿੰਗ ਕਰ ਸਕਣ ਸੀ ਯਸ਼ੀ ਮੈਨੂੰ ਲੱਗਦਾ ਕਿ ਅਪਾਰਟ ਫਰਮ ਸੇਫਲੀ ਡਰਾਈਵਿੰਗ ਉਹਨਾਂ ਨੂੰ ਮਿਨੀਮਮ ਸਟੈਂਡਰਡ ਇੰਡਸਟਰੀ ਦੇ ਆਪਣੀ ਕੰਪਨੀ ਦੇ ਅੰਦਰ ਚਾਹੇ ਉਹ ਇੱਕ ਟਰੱਕ ਹੈ ਚਾਰ ਟਰੱਕ ਹੈ ਜਾਂ 50 ਟਰੱਕ ਹੈ ਜ਼ਰੂਰ ਮੇਨਟੇਨ ਕਰਨੇ ਚਾਹੀਦੇ ਹੈ ਜਿਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਕੰਪਨੀ ਸੇਫਟੀ ਮੈਨੂਅਲ ਤੇ ਪ੍ਰੋਸੀਜਰਸ ਆ ਤੁਸੀਂ ਸਾ ਨਾਲ ਤਾਲੁਕਤ ਕਰ ਸਕਦੇ ਹੋ ਦੇ ਬਾਰੇ 사 ਨਾਲ ਡਿਸਕਸ਼ਨ ਕਰ ਸਕਦੇ ਹੋ ਪਾਲਿਸੀਸ ਨੂੰ ਜੀ ਤੁਸੀਂ ਬਣਾਉਣਾ ਹੈ ਪਰ ਉਹਦਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੈ ਆਡਿਟਸ ਦੇ ਵਿੱਚ ਕਿਉਂਕਿ ਉਹ ਜਦੋਂ ਆਡਿਟਸ ਕਰਨ ਆਉਂਦੇ ਹੈ ਦੇ ਹੈਵ ਅ ਪੈਰਾਮੀਟਰ ਤੇ ਪੈਰਾਮੀਟਰ ਕਿਹੜੇ ਫਾਲੋ ਕਰਦੇ ਹੈ ਜੋ ਤੁਹਾਡੀ ਪਾਲਿਸੀਸ ਚ ਲਿਖਿਆ ਹੋਇਆ ਹੈ ਠੀਕ ਹੈ ਉਹ ਪਾਲਿਸੀਸ ਪ੍ਰੋਸੀਜਰਸ ਤੁਸੀਂ ਯੈਸ ਇੱਕ ਟੈਂਪਲੇਟ ਫ੍ਰੀ ਆਫ ਕਾਸਟ ਮਿਨਿਸਟਰੀ ਦੀ ਵੈਬਸਾਈਟ ਤੋਂ ਵੀ ਲੈ ਸਕਦੇ ਹੋ ਠੀਕ ਹੈ ਉਹਨੂੰ ਕਿਵੇਂ ਆਪਣੀ ਆਪਣੀ ਬਿਜ਼ਨਸ ਦੇ ਨਾਲ ਕਸਟਮਾਈਜ਼ ਕਰਨਾ ਸਾਨਾ ਗੱਲ ਕਰ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਡਰਾਈਵਰ ਫਾਈਲਸ ਹੈਗੀਆਂ ਯਸ਼ੀ ਜਿਹਦੇ ਵਿੱਚ ਡਰਾਈਵਰ ਦਾ ਐਬਸਟਰੈਕਟ ਡਰਾਈਵਰ ਦੀ ਏਮਪਲੋਇਮੈਂਟ ਹਿਸਟਰੀ ਰੋਡ ਟੈਸਟ ਠੀਕ ਹੈ ਤੇ ਆਦਾ ਆ ਡਾਕੂਮੈਂਟਸ ਹੋਣੇ ਬਹੁਤ ਇੰਪੋਰਟੈਂਟ ਹੈ ਤੇ ਆਣੀ ਕਿ ਯੂ ਜਸਟ ਗਾਟ ਥੈਟ ਉਹਨੂੰ ਸਿਰਫ ਤੁਹਾਨੂੰ ਐਟ ਦਾ ਟਾਈਮ ਆਫ ਹਾਇਰਿੰਗ ਦੀ ਲੋੜ ਹੈ ਐਬਸਟਰੈਕਟ ਵੀ ਹਰ ਸਾਲ ਮਨਿਸਟਰੀ ਚਾਹੁੰਦੀ ਹੈ ਕਿ ਤੁਸੀਂ ਉਹਨਾਂ ਦੇ ਡਰਾਈਵਿੰਗ ਐਬਸਟਰੈਕਟ ਪੁੱਲ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਡਰਾਈਵਰ ਦੀ ਸੇਫ ਹੈਬਿਟਸ ਹੈ ਕਿ ਨਹੀਂ ਡਰਾਈਵਿੰਗ ਦੀਆਂ ਤੇ ਐਬਸਟਰੈਕਟ ਚੈੱਕ ਕਮਰਸ਼ੀਅਲ ਹੈ ਜਾਂ ਦੂਸਰਾ ਬਟ ਯੂ ਕੈਨ ਆਲਵੇਸ ਸੀ ਕਿ ਬੰਦੇ ਦੀ ਡਰਾਈਵਿੰਗ ਹੈਬਿਟਸ ਕੀ ਹੈ ਥੈਟ ਵਿਲ ਸ਼ੋ ਅਪ ਜੇ ਬੰਦਾ ਆਪਣੀ ਪਰਸਨਲ ਵਹੀਕਲ ਚ ਸਪੀਡਿੰਗ ਟਿਕਟਸ ਲੈ ਰਿਹਾ ਹੈ ਤੇ ਆਮ ਸ਼ੋਰ ਉਹਦਾ ਸੇਮ ਐਟੀਟਿਊਡ ਰਹੇਗਾ ਡਰਾਈਵਿੰਗ ਦੇ ਵਿੱਚ ਟਰੱਕ ਟ੍ਰੇਲਰ ਦੇ ਨਾਲ ਤੇ ਉਸ ਤੋਂ ਇਲਾਵਾ ਤੀਸਰੇ ਤਰ੍ਹਾਂ ਦਾ ਡਾਕੂਮੈਂਟ ਹੈ ਮੇਨਟੇਨੈਂਸ ਫਾਈਲਸ ਟਰੱਕ ਟ੍ਰੇਲਰ ਫਾਈਲਸ ਜਿਹਦੇ ਵਿੱਚ ਕੰਪਨੀ ਸਿਵਪਸ ਮੇਨਟੇਨੈਂਸ ਪ੍ਰੋਗਰਾਮਸ ਥੈਟ ਇਜ਼ ਸਕੇਡਿਊਲ ਮੇਨਟੇਨੈਂਸ ਪ੍ਰੋਗਰਾਮਸ ਕੋਈ ਵੀ ਰੋਡ ਸਾਈਡ ਇਨਸਪੈਕਸ਼ਨਸ ਹੋਈ ਆ ਉਹਨਾਂ ਦੇ ਡਿਫੈਕਟਸ ਉਹਨਾਂ ਦੇ ਬਿਲ ਸਭ ਕੁਝ ਉਸ ਫਾਈਲਾਂ ਦੇ ਵਿੱਚ ਹੋਣੇ ਚਾਹੀਦੇ ਆ ਤੀਸਰੀ ਚੀਜ਼ ਇਜ਼ ਟ੍ਰੇਨਿੰਗਸ ਮੈਂ ਦੇਖਿਆ ਹੈ ਕਿ ਆਪਣੇ ਭਾਈ ਮੈਨੂੰ ਕਹਿਣਾ ਨਹੀਂ ਚਾਹੀਦਾ ਬਟ ਆਪਣੇ ਭਾਈ ਜਾ ਰਹੇ ਜੇ ਟ੍ਰੇਨਿੰਗਸ ਨੂੰ ਅਸੀਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਜ਼ਿਆਦਾ ਇੰਪੋਰਟੈਂਟ ਨਹੀਂ ਸਮਝਿਆ ਜਾਂਦਾ ਬਟ ਮੈਂ ਜ਼ਰੂਰ ਐਡ ਆਨ ਕਰਾਂਗੀ ਐਡਲਟਸ ਨੂੰ ਕੋਈ ਨਹੀਂ ਸਿਖਾ ਸਕਦਾ ਠੀਕ ਹੈ ਆਈ ਥਿੰਕ ਬਹੁਤ ਬਹੁਤ ਆਸਾਨ ਹੈ ਬੱਚਾ ਨੂੰ ਸਮਝਾਣਾ ਤੇ ਸਿਖਾਣਾ ਪਰ ਅਸੀਂ ਇੱਕ ਹੈਬਿਟ ਡਵੈਲਪ ਕਰ ਲੈਣੇ ਆ ਕਿ ਵੀ نو ఎవਰੀਥਿੰਗ ਰਾਈਟ ਬਟ ਰਿਫਰੈਸ਼ਰ ਟ੍ਰੇਨਿੰਗਸ ਦਾ ਮਤਲਬ ਹੈ ਉਹਨਾਂ ਨੂੰ ਯਾਦ ਦਿਲਾਣਾ ਕਿ ਕਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਤੇ ਅਸੀਂ ਬਾਊ ਨਾ ਕੁਝ ਰੈਗੂਲੇਸ਼ਨਸ ਦੇ ਨਾਲ ਅਸੀਂ ਵੇਟ ਨਾ ਕਰੀਏ ਕਿ ਲਾਸਟ ਮਿੰਟ 'ਚ ਕੁਝ ਹੋਊਗਾ ਤਾਂ ਪਤਾ ਕਰਾਂਗੇ ਹੁਣ ਚਾਰ ਤਰ੍ਹਾਂ ਦੀ ਟ੍ਰੇਨਿੰਗਸ ਐ ਜਿਹੜੀ ਮੰਡੀਟਰੀ ਐ ਜੋ ਐਨਐਸਸੀ ਆਡਿਟਸ ਨੂੰ ਫੇਲ ਕਰਾ ਦਿੰਦੀਆਂ ਠੀਕ ਹੈ ਸਭ ਤੋਂ ਪਹਿਲੀ ਹੈਗੀ ਹੈ ਆਵਰਸ ਆਫ ਸਰਵਿਸ ਲੌਗ ਬੁక్స్ ਬਾਰੇ ਠੀਕ ਹੈ ਦੂਜੀ ਟ੍ਰੇਨਿੰਗ ਜੇ ਤੁਸੀਂ ਫੈਡਰਲ ਹੋ ਜਾਂ ਪ੍ਰੋਵਿੰਸ਼ੀਅਲ ਆ ਡਿਪੈਂਡ ਕਰਦਾ ਥੈਟਸ ਅਪ ਟੂ ਥੈਟ ਸੈਕਿੰਡ ਕਾਈਂਡ ਆਫ ਟ੍ਰੇਨਿੰਗ ਇਜ਼ ਪ੍ਰੀ ਟ੍ਰਿਪ ਇਨਸਪੈਕਸ਼ਨ ਠੀਕ ਹੈ ਟਰੱਕ ਆਣੋਂ ਪਹਿਲੇ ਟ੍ਰਿਪ ਬਿਫੋਰ ਯੂ ਗੋ ਔਨ ਅ ਰੋਡ ਉਹਦੀ ਪ੍ਰੀ ਇਨਸਪੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ ਉਹਦੇ ਬਾਰੇ ਤੀਸਰੀ ਤਰ੍ਹਾਂ ਦੀ ਟ੍ਰੇਨਿੰਗ ਹੈ ਲੋਡ ਸਿਕਿਉਰਮੈਂਟ ਤੇ ਚੌਥੀ ਟ੍ਰੇਨਿੰਗ ਹੈ weight ਐਂਡ ਡਾਈਮੈਂਸ਼ਨਸ ਐਂਡ one more training i think 90% percent, uh, 100% ya yeah, kuch log definitely yes. in neglect karde safety laws te je 50 tarah di trainings nahi hai gi filean de vich te sade audit this scores bahut kat jande hai te sanu fines and penalties aundiyan hai ਇਹ ਸਾਰੀਆਂ ਟ੍ਰੇਨਿੰਗ ਤੁਸੀਂ ਮੁਹਈਆ ਕਰਾਣੇ ਹੋ ਜੀ ਬਿਲਕੁਲ ਅਸੀਂ ਮੁਹਈਆ ਕਰਾਣੇ ਆ ਅਸੀਂ ਨਾ ਕਿ ਸਿਰਫ ਟ੍ਰੇਨਿੰਗਸ ਮੁਹਈਆ ਕਰਾਣੇ ਆ ਅਸੀਂ ਬਿਲੀਵ ਕਰਦੇ ਆ ਮੋਨਿਟਰਿੰਗ ਏਵਰੀ ਮੰਥਲੀ ਮੋਨਿਟਰਿੰਗ ਅਗੇਨ ਮੈਂ ਕੱਲ ਕਿਸੇ ਕਲਾਇੰਟ ਨਾਲ ਬੈਠੀ ਹੋਈ ਸੀ ਇੱਥੇ ਐਂਡ ਉਹਨਾਂ ਦੀ ਫਰੀਟ ਸਾਈਜ਼ ਥੋੜੀ ਮਿਨੀਮਮ ਨਾਲੋਂ ਥੋੜੀ ਵੱਡੀ ਹੈ ਤੇ ਉਹਨਾਂ ਨੇ ਸਾਡੀ ਸਰਵਿਸਿਜ਼ ਲੈਣ ਲਈ ਹਾਂ ਕਿਹਾ ਤੇ ਵੀ ਯੂ ਆਰ ਸਟਾਰਟਿੰਗ ਵਿਦ them ਤੇ ਉਹਨਾਂ ਨੇ ਇਹ ਗੱਲ ਬੋਲੀ ਹੈ ਕਿ ਸਾਨੂੰ ਇਨ ਹਾਊਸ ਪਰਸਨ ਵੀ ਚਾਹੀਦਾ ਠੀਕ ਹੈ ਅਸੀਂ ਉੱਥੇ ਵੀ ਟ੍ਰੇਨ ਕਰਕੇ ਉੱਥੇ ਵੀ ਹੈਲਪ ਕਰਦੇ ਹਾਂ ਕਿ ਤੁਸੀਂ ਆਪਣੇ ਕੋਲ ਕਸਟਮਾਈਜ਼ ਇਨ ਹਾਊਸ ਪਰਸਨ ਰੱਖ ਸਕਦੇ ਹੋ ਡਿਪੈਂਡਿੰਗ ਅਪਨ ਦਾ ਸਾਈਜ਼ ਆਫ ਆਪਰੇਸ਼ਨਸ ਕੀ ਹੈ ਯੈਸ ਟ੍ਰੇਨਿੰਗਸ ਇਜ਼ ਅ ਥਿੰਗਸ ਜਿਹੜੀ ਤੁਸੀਂ ਰਿਫਰੈਸ਼ਨਸ ਆਨ ਗoing ਬੇਸਿਸ ਐਜ਼ ਐਨ ਵੈਂਡ ਰਿਕੁਆਇਰਡ ਜਦੋਂ ਵੀ ਤੁਹਾਨੂੰ ਲੋਡ ਹੈ ਉਦੋਂ ਲੈ ਸਕਦੇ ਹੋ ਪਰ ਸਰਵਿਸ ਜਿਹੜੀਆਂ ਬੁੱਕ ਕੀਪਿੰਗ ਦੀਆਂ ਟਰੈਵਲ ਫਾਈਲਾ ਮੇਨਟੈਂਸ ਫਾਈਲਾ ਟਰੱਕ ਟ੍ਰੇਲਰ ਫਾਈਲਾ ਥੈਨ ਉਸ ਤੋਂ ਬਾਅਦ ਟ੍ਰੇਨਿੰਗਸ ਥੈਨ ਸੇਫਟੀ ਮੈਨੂਅਲ ਪ੍ਰੋਸੀਜਰਸ ਐ ਸਾਰੇ ਕਸਟਮਾਈਜ਼ਡ ਐਂਡ ਐਨਐਸਈ ਆਡਿਟਸ ਨੂੰ ਪਾਸ ਜਾਂ ਫੇਲ ਕਰਦੇ ਆਂ ਸੀ ਮੈਂ ਐ ਨਹੀਂ ਕਹਿ ਰਹੀ ਕਿ ਤੁਸੀਂ ਆਡਿਟ ਪਾਸ ਨਹੀਂ ਕਰ ਸਕਦੇ ਠੀਕ ਹੈ ਆਈ ਡੂ ਮੈਂ ਬਿਲੀਵ ਨਹੀਂ ਕਰਦੀ ਕਿ ਤੁਸੀਂ ਸਾਨੂੰ ਹਾਇਰ ਕਰੋ ਸਿਰਫ ਆਡਿਟ ਪਾਸ ਕਰਾਉਣ ਲਈ ਮੈਂ ਇੱਥੇ ਬਿਲੀਵ ਕਰਦੀ ਆਂ ਜੇ ਤੁਸੀਂ ਸਾਨੂੰ ਹਾਇਰ ਕਰਨਾ ਹੈ ਇਸ ਲਈ ਹਾਇਰ ਕਰੋ ਕਿ ਤੁਹਾਡੇ ਆਡਿਟ ਆਣ ਨਾ ਇਹਦਾ ਮਤਲਬ ਆਵਾ ਜੇ ਆਪਾਂ ਮਿਨੀਮਮ ਡਿਊ ਡਿਲੀਜੈਂਸ ਕਰ ਲੈਣੇ ਆ ਤੇ ਸਾਨੂੰ ਕਦੀ ਪ੍ਰੋਬਲਮਸ ਆਣੀਆਂ ਹੀ ਨਹੀਂ ਰੋੜਤੇ ਠੀਕ ਹੈ ਸਾਨੂੰ ਫਰਜ਼ੀ ਪੇਪਰ ਬਣਾਉਣ ਦੀ ਲੋੜ ਨਹੀਂ ਐ ਯਸ਼ੀ ਪਿਛਲੇ ਦੋ ਹੀ ਤਿੰਨ ਮਹੀਨਿਆਂ ਚ ਮੈਨੂੰ ਬਹੁਤ ਜ਼ਿਆਦਾ ਵੈਲਕਮ ਮਿਲਿਆ ਐ ਐਡਮਿੰਟਨ ਸਿਟੀ ਤੋਂ ਐਂਡ ਆਈ ਮੈ ਰੀਲੀ ਅਪਰੀਸ਼ੀਏਟ ਕਰਦੀ ਆ ਤੁਹਾਡੀ ਇਨਵੋਲਵਮੈਂਟ ਤੁਹਾਡੀ ਸਪੋਰਟ ਪਲੱਸ ਜਿੰਨੇ ਵੀ ਪਾਈਚਾਰੇ ਚ ਲੋਕ ਐ ਜਿਨ੍ਹਾਂ ਨੇ ਮੈਨੂੰ ਐਕਸੈਪਟ ਕੀਤਾ ਆਪਣੀ ਕਮਿਊਨਿਟੀ ਚ ਤੇ ਮੈਂ ਉਹਨਾਂ ਨੂੰ ਸਰਵਿਸਿਜ਼ ਦੇ ਰਹੀ ਆ ਬਟ ਥੇਰ ਆ ਫਿਊ ਪੀਪਲ ਮੈਂ ਜਿਨ੍ਹਾਂ ਦੇ ਆਡਿਟ ਕੀਤੇ ਹੈ ਤੇ ਮੈਨੂੰ ਜਾਣ ਕੇ ਆਈ ਐਮ ਰੀਲੀ ਸੈਡ ਮੈਨੂੰ ਦੁੱਖ ਹੋ ਰਿਹਾ ਕਹਿੰਦੇ ਹੋਏ ਕਿ ਉਹ ਆਡਿਟ ਫੇਲ ਕਰ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਪੇਪਰ ਵਰਕ ਕੀ ਹੈ ਪੇਪਰ ਵਰਕ ਚ ਕੀ ਰੱਖਣਾ ਹੈ ਮੈਂ ਕਿਸੇ ਨੂੰ ਕੈਲਗਰੀ ਮਿਲੀ ਸੀ ਪਰਸੋਂ ਤੇ ਉਹ ਹੀ ਵਾਸ ਸੋ ਸਕੇਅਰਡ ਉਹ ਇੰਨੇ ਡਰੇ ਹੋਏ ਸੀ ਮੈਨੂੰ ਕਹਿੰਦੇ ਭੈਣ ਜੀ ਮੈਂ ਜੇ ਕੰਪਨੀ ਬੰਦ ਕਰਦਾ ਤੇ ਫਿਰ ਕੀ ਹੋਗਾ ਐਂਡ ਕੰਪਨੀ ਵਾਸ ਓਪਨਡ ਉਹਨਾਂ ਦੀ ਘੱਟ ਤੋਂ ਘੱਟ ਪਿਛਲੀ 10 ਸਾਲ ਤੋਂ ਉਹ ਕੰਪਨੀ ਚਲਾ ਰਿਹਾ ਤੇ ਮੈਨੂੰ ਆ ਸਮਝਾ ਰਹੀ ਸੀ ਕਿ ਤੁਸੀਂ ਲਾਸਟ ਮਿੰਟ ਚ ਹੁਣਾ ਸੋਚ ਰਹੇ ਹੋ ਕੰਪਨੀ ਬੰਦ ਕਰਨਾ ਆ ਗਲਤ ਹੈ ਡੋਨਟ ਵਰੀ ਠੀਕ ਹੈ ਜੇ ਆਡਿਟ ਫੇਲ ਵੀ ਹੋ ਜਾਂਦਾ ਇਟਸ ਨਾਟ ਅ ਬਿਗ ਥਿੰਗ ਮੈਂ ਕਹਾਂਗੀ ਜੇ ਤੁਸੀਂ ਆਪਣੇ ਆਪ ਨਾ ਪ੍ਰੋਮਿਸ ਕਰ ਲੱਤਾ ਹੈ ਕਿ ਅਸੀਂ ਆਪਣੀ ਰੂਟ ਕਾਸ ਦੀ ਪ੍ਰੋਬਲਮ ਨੂੰ ਖਤਮ ਕਰਨਾ ਹੈ ਰਾਦਨ ਇਟੀਆਂ ਇਟਾ ਚਣੀਆਂ ਚਣਨ ਤੋਂ ਬਾਅਦ ਬਿਲਡਿੰਗ ਹਾਫ ਬਣਾਈ ਫੇਡ ਗਈ ਇੰਟਰਵੈਂਸ਼ਨਸ ਦੇ ਨਾਲ ਪਰ ਤੁਸੀਂ ਸੇਵਾਵਾਂ ਜਿਹੜੀਆਂ ਦੱਸ ਰਹੇ ਹੋ ਸਾਰੀਆਂ ਕਿਤੇ ਐ ਤਾਂ ਨਹੀਂ ਤੁਹਾਡਾ ਐਡਾ ਵੱਡਾ ਮੀਟਰ ਹੋਏ ਕਿ ਦਾੜੀ ਤੋਂ ਵੱਡੀਆਂ ਮੱਛਾ ਹੋ ਜਾਣਾ ਬਹੁਤ ਵਧੀਆ ਗੱਲ ਬਈ ਯਸ਼ੀ ਮੈਂ ਹੁਣ ਤੁਸੀਂ ਸ਼ਾਇਦ ਨੋਟਿਸ ਕੀਤਾ ਹੋਏ ਮੈਂ ਕਹਾਂ ਮਿਨਿਸਟਰੀ ਦੀ ਵੈਬਸਾਈਟ ਤੋਂ ਫ੍ਰੀ ਡਾਊਨਲੋਡ ਕਰ ਲਓ ਸੇਫਟੀ ਮੈਨੂਅਲ ਪ੍ਰੋਸੀਜਰਸ ਪਾਲਿਸੀਜ਼ ਦੈਟ ਸ਼ੋਜ਼ ਮੈ ਸਰਵਿਸ ਕਰਨਾ ਚਾਹੀਏ ਕਮਿਊਨਿਟੀ ਰੂਮ ਜੀ ਮੈਂ ਚਾਹੁੰਦੀ ਐ ਸੇਮ ਕਾਸਟ ਮੈਨੂੰ ਕੋਈ ਦੱਸ ਰਿਹਾ ਸੀ ਐਲਪੋਰਾ ਟ੍ਰਾਂਸਪੋਰਟੇਸ਼ਨ ਦੀ ਮੀਟਿੰਗ ਸੀ ਲਾਸਟ ਵੀਕ ਠੀਕ ਐ ਸਾਡੀ ਸਾਲ 'ਚ ਦੋ ਵਾਰ ਹੁੰਦੀ ਐ ਤੇ ਉੱਥੇ ਦੱਸ ਰਿਹਾ ਸੀ ਕਿ ਕਿਸੇ ਕੰਸਲਟੈਂਟ ਨੇ 5000 ਡਾਲਰ ਸੇਮ ਉਸ ਸੇਫਟੀ ਮੈਨੂਅਲ ਪ੍ਰੋਸੀਜਰ ਦੇ ਚਾਰਜ ਕੀਤੇ ਜਾਂ 800 ਡਾਲਰ ਚਾਰਜ ਕੀਤੇ ਮੈਂ ਨਹੀਂ ਕਰਦੀ ਆਈ ਬਿਲੀਵ ਕਿ ਜੇ ਮੈਂ ਕਿਸ ਨਾਲ ਲੰਗਰ ਟੇਮ ਰਿਲੇਸ਼ਨਸ਼ਿਪ ਰੱਖਣਾ ਐ ਜਾਂ ਸਾਡੀ ਟੀਮ ਨੇ ਰੱਖਣਾ ਐ ਜੇ ਮੈਂ ਰਾਈਟ ਇਨਫੋਰਮੇਸ਼ਨ ਦਵਾਂਗੀ ਰਾਈਟ ਵੀ ਕੈਨ ਸਟੇ ਲੰਗਰ ठीक है माय पर्पस सेफ्टी एंड कंप्लायंस ਦਾ ਕੰਮ ਕਰਨ ਦਾ ਸਿਰਫ ਇਸ ਲਈ ਨਹੀਂ ਹੈ ਕਿ ਮੈਂ ਕਿੰਨੇ ਜ਼ਿਆਦਾ ਪੈਸੇ ਬਣਾ ਸਕਦੀਆਂ ਜਾਂ ਕਿੰਨੇ ਜ਼ਿਆਦਾ ਡਾਲਰਸ ਐਡ ਕਰ ਸਕਦੀਆਂ ਆਪਣੀ ਟੀਮ ਤੇ ਆਈ ਰੀਲੀ ਵਾਂਟ ਟੂ ਸਰਵ ਦਾ ਕਮਿਊਨਿਟੀ ਮੈਂ ਕਮਿਊਨਿਟੀ ਨੂੰ ਥੋੜਾ ਸਰਵ ਵੀ ਕਰਨਾ ਚਾਹਨੀ ਆ ਨੋਲਿਜ ਦੇਣਾ ਚਾਹਨੀ ਆ ਇਨ ਫੈਕਟ ਮੈਂ ਗੱਲ ਕਰਨਾ ਚਾਹਨੀ ਆ ਕਿ ਜਿਵੇਂ ਸਾਡੇ ਅਸੀਂ ਪਹਿਲੇ ਵੀ ਡਿਸਕਸ ਕਰ ਰਹੇ ਸੀ ਵਿਲ ਕਮ ਵੈਰੀ ਸੂਨ ਆਪਾਂ ਫਿਰ ਸੈਮੀਨਾਰ ਅਰੇਂਜ ਕਰਾਂਗੇ ਫ੍ਰੀ ਆਫ ਕਾਸ ਸੈਮੀਨਾਰ ਅਰੇਂਜ ਕਰਾਂਗੇ ਫਾਰ ਦਾ ਇਨਫੋਰਮੇਸ਼ਨ ਨੋਲਿਜ ਦੈਟਸ ਇਟ ਅਦਲੀ ਦੂਜੀ ਗੱਲ ਮੈਂ ਤੁਹਾਡੇ ਨਾਲ ਇਹ ਵੀ ਕਰਨਾ ਚਾਹਨਾ ਹੈ ਕਿ ਤੁਸੀਂ ਸਾਡੇ ਜਿਹੜੇ ਭਰਾਓ ਪਾਰਟੀ ਦੇ ਬੜੇ ਸ਼ਕੀਨ ਹੈ ਹਾਂਜੀ ਰਾਤ ਨੂੰ ਖੁੱਲ ਕੇ ਪਾਰਟੀ ਕਰਦੇ ਔਰ ਸਵੇਰੇ ਉਹ ਟਰੱਕ ਚਲਾਣਾ ਸ਼ੁਰੂ ਕਰ ਦਿੰਦੇ ਹਾਈਵੇ ਤੇ ਉਹਨਾਂ ਲਈ ਤੁਹਾਡੀਆਂ ਕੀ ਗਾਈਡਲਾਈਨਸ ਹੈ ਯਸ਼ੀਪ ਤੁਸੀਂ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਐਂਡ ਆਈ ਰੀਅਲੀ ਅਪਰੀਸ਼ੀਏ ਵਿੰਟਰਸ ਅਪਰੋਚ ਕਰ ਰਿਹਾ ਠੀਕ ਹੈ ਤੇ ਇਸ ਬਾਰੇ ਗੱਲ ਕਰਨਾ ਹਾਈਲਾਈਟ ਕਰਨਾ ਇਜ਼ ਡੈਫੀਨੇਟ ਨੀਡ ਐ ਜ਼ਰੂਰਤ ਹੈ ਫਟੀਗ ਮੈਨੇਜਮੈਂਟ ਮੈਂ ਫਟੀਗ ਬਾਰੇ ਬਹੁਤ ਜ਼ਿਆਦਾ ਗੱਲ ਕਰਦੀ ਹਾਂ ਤੇ ਮੈਂ ਫਟੀਗ ਦਾ ਮਤਲਬ ਕੀ ਹੈ ਸਭ ਤੋਂ ਪਹਿਲਾਂ ਅਗal ਕਰਦੇ ਆ ਫਟਿਕ ਦਾ ਪੰਜਾਬੀ ਚ ਮਤਲਬ ਆ ਕਿ ਤੁਸੀਂ ਫਿਜ਼ਿਕਲੀ ਜਾਗੇ ਹੋਏ ਮੈਂਟਲੀ ਡੈਡ ਹੋ ਠੀਕ ਹੈ ਔਰ ਅਸਲ ਚ ਮੇਰੇ ਕਈ ਡਰਾਈਵਰ ਪਰ ਆਇਆ ਉਹ ਕਹਿੰਦੇ ਕਿ ਅਸੀਂ ਰੈਡ ਬੱਲ ਪੀ ਲੈਣੇ ਆ એનર્ਜੀ ਸ਼ਾਰਟਸ ਲੈ ਲੈਣੇ ਆ ਤੇ ਮੈਂ ਇਹਨਾਂ ਨੂੰ ਕਹਿੰਨੀ ਹੁੰਦੀ ਆ એનર્ਜੀ ਸ਼ਾਰਟਸ ਤੇ ਰੈਡ ਬੱਲ ਆਰ ਫੋਰ ਦਾ ਪੀਪਲ ਜਿਹੜੇ ਸਟੇਜ ਤੇ ਪਰਫਾਰਮ ਕਰਦੇ ਆ ਨਾਟ ਫੋਰ ਦਾ ਪੀਪਲ ਕਿਉਂਕਿ ਰੋਡ ਤੇ ਵਿੱਚ ਅਸੀਂ ਡਿਸੀਜਨ ਕਿਵੇਂ ਲੈਣੇ ਆ ਪੰਜ ਸੈਂਸਸ ਹੈ ਸਾਡੇ ਰਾਈਟ ਨੋਜ਼ ਇਅਰਸ ਕਿ ਅੱਖ ਕੰਨ ਨੱਕ ਮੂੰਹ ਤੇ ਡਿਸੀਜਨ ਕੌਣ ਲੈਂਦਾ ਹੈ ਦਿਮਾਗ ਦਿਮਾਗ ਤੇ ਜੇ ਦਿਮਾਗ ਥੱਕਿਆ ਹੋਇਆ ਹੈ ਫਟਿਗਡ ਹੈ ਚਾਹੋ ਪਾ ਔਰ ਮੈਂ ਇਹ ਗੱਲ ਕਹਿਣਾ ਚਾਹੂੰਗੀ ਟੜੀ ਸੀ ਗੱਲ ਦੇ ਨਾਲ ਐਡ ਕਰਨਾ ਚਾਹੂੰਗੀ ਸਾਡੇ ਫੈਡਰਲ ਡਰਾਈਵਰਸ ਦੇ ਵਿੱਚ ਉਹਨਾਂ ਨੂੰ ਪਤਾ ਹੋਗਾ 36 ਘੰਟੇ ਆਫ ਕਰਨੇ ਪੈਂਦੇ ਆ ਰੀਸੈਟ ਕਰਨੇ ਪੈਂਦੇ ਆ ਤੇ ਮੈਂ ਕਹਿੰਨੀ ਆ 36 ਘੰਟਿਆਂ ਸ਼ੋਂ ਜ਼ਿਆਦਾ ਥੱਕੇ ਹੁੰਦੇ ਆ ਕਿਉਂ ਥੱਕੇ ਹੁੰਦੇ ਆ ਪਾਰਟੀ ਸਾਰੀ ਉਹਨਾਂ ਨੇ 36 ਘੰਟੇ ਚ ਕਰਨੀ ਆ ਡੈਫੀਨਟਲੀ देयर ਆਰ ਸੋ ਅਦਰਸ चार्ज जो घर दू करते हैं तो जो वापस आए डबल तो ट्रिपल थके होंगे तो उदो कलजन ज़्यादा होंगे सो so, मेरी बेनती है विंटर ज्यादा ठीक है स्पीड स्पेस मैनेजमेंट प्लस जिमें यशी ने बहुत वाली गल बोली है इंपेयर ड्राइविंग इंपेयर ड्राइविंग का मतलब यह नहीं है कि ड्रग या एलकोहोल की ड्राइविंग कर ली एमपेयर ड्राइविंग का मतलब यह भी है कि तुम किन्ने थके होते कि वाइस डिसीजन लेना चाहते हो डोंट डू दैस सिर्फ इंपेयर ड्राइविंग ਇਸਲੇ ਨਹੀਂ ਕਰਨੀ ਜਾਂ ਫਟੀਗ ਮੈਨੇਜਮੈਂਟ ਕਰਕੇ ਇਸਲੇ ਨਹੀਂ ਕਰਨੀ ਕਿਉਂਕਿ ਤੁਹਾਡੀ ਟਰਕਿੰਗ ਕੰਪਨੀ ਕਰ ਰਹੀ ਨਹੀਂ ਇਸਲੇ ਨਹੀਂ ਕਰਨੀ ਤੁਹਾਡੀ ਫੈਮਲੀ ਨੂੰ ਤੁਹਾਡੀ ਜ਼ਿਆਦਾ ਲੋੜ ਹੈ ਆ ਮੈਂ ਔਰ ਮੈਂ ਬਹੁਤ ਓਪਨਲੀ ਕਹਿਣਾ ਚਾਹਨੀ ਆ ਜੇ ਤੁਹਾਨੂੰ ਕੁਝ ਹੁੰਦਾ ਠੀਕ ਹੈ ਆਮ ਸੌਰੀ ਆਮ ਸ਼ੂਰ ਟਰਕਿੰਗ ਕੰਪਨੀ ਨੂੰ ਨੁਕਸਾਨ ਹੁੰਦਾ ਹੈ ਬਟ ਟਰੱਕ ਟ੍ਰੇਲਰ ਤੇ ਕਾਰਗੋ ਇੰਸ਼ੋਰੈਂਸ ਰਿਪਲੇਸ ਕਰ ਦਿੰਦੀ ਹੈ ਪਰ ਤੁਹਾਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ ਤੁਹਾਡੀ ਫੈਮਲੀ ਨੂੰ ਤੁਹਾਡੀ ਬਹੁਤ ਲੋੜ ਹੈ ਸੋ ਪਲੀਜ਼ ਐਂਡ ਪਲੀਜ਼ ਡਰਾਈਵ ਸੇਫ ਤੁਸੀਂ ਇੱਕ ਲੇਡੀ ਆਡੀਟਰ ਹੋ ਐਨਐਸਸੀ ਆਡੀਟਰ ਔਰ ਲੇਡੀਜ਼ ਅਵੇਲੇਬਿਲਟੀ ਕੀ ਤੁਹਾਡੀ ਜਿਵੇਂ ਬਾਤ ਕੀ ਜੈਂਟਸ ਆਡੀਟਰ ਹੈ ਔਰ 24 ਘੰਟੇ ਟੈਲੀਫੋਨ ਤੇ ਅਵੇਲੇਬਲ ਹੈ ਜਾਂ ਗਾਈਡਲਾਈਨਸ ਦੇਂਦੇ ਅਵੇਲੇਬਲ ਹੈ ਤੁਹਾਡੀ ਕੀ ਅਵੇਲੇਬਿਲਟੀ ਹੈ ਜੀ ਮੈਨੂੰ ਇਹ ਗੱਲ ਕਹਿਣੀ ਪੈਗੀ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਰਾਈਟ ਮੈਂ ਹੈਪੀ ਹਾਂ ਕਿ ਮੈਂ ਐਨਐਸਸੀ ਆਡੀਟਰ ਹਾਂ ਐਨ ਏਸ਼ੀਅਨ ਐਨਐਸਸੀ ਆਡੀਟਰ ਹਾਂ ਆਈ ਥਿੰਕ ਮੈਂ ਲਿਮਿਟ ਨੂੰ ਬਹੁਤ ਪਿੱਛੇ ਕਰਾਸ ਕਰ ਚੁੱਕੀ ਹਾਂ ਕਿ ਮੈਂ ਫੀਮੇਲ ਆ ਤੇ ਮੈਂ ਇਸ ਇੰਡਸਟਰੀ 'ਚ ਫੋਨ ਆਨਸਰਸ ਨਹੀਂ ਕਰ ਪਾਵਾਂਗੀ ਜਾਂ ਮਿਡਨਾਈਟ ਨੂੰ ਆਨਸਰ ਨਹੀਂ ਕਰ ਪਾਵਾਂਗੀ ਡਿਪੈਂਡ ਰਾਈਟ ਵਾਟ ਕਾਈਂਡ ਆਫ ਅ ਕਾਲਸ ਆਰ देयर ਕਿਹੋ ਜੀ ਕਾਲਸ ਆ ਜਾਂ ਕਿਹੋ ਜੀ ਕੁਐਸਚਨਸ ਆ ਮੈਂ ਆਈ ਥਿੰਕ ਮੈਂ ਜਿਹਨਾਂ ਨਾਲ ਵੀ ਕੰਮ ਕਰਦੀ ਹਾਂ ਉਹ ਇਸ ਚੀਜ਼ ਦਾ ਜਵਾਬ ਦੇ ਸਕਦੇ ਆ 24/7 ਆਮ ਅਵੇਲੇਬਲ ਬਟ ਦ ਕਾਜ਼ ਜਿਹੜਾ ਰੀਜ਼ਨ ਹੈ ਉਹ ਸਹੀ ਹੋਣਾ ਚਾਹੀਦਾ ਫੋਨ ਕਰਨ ਦਾ ਆਖਰੀ ਜੀ ਦੇਖੋ ਸੇਫਟੀ ਬੜੀ ਜ਼ਰੂਰੀ ਹੈ ਹਾਂ ਜੀ ਸਰਦੀਆਂ ਆ ਗਈਆਂ ਵਿంటర్ ਡਰਾਈਵਿੰਗ ਜਿਹੜੀ ਬੜੀ ਟਫ ਹੋ ਗਈ ਹੈ ਉਹ ਸਾਰੀ ਗੱਲਾਂ ਨੂੰ ਦੇਖਦੇ ਹੋਏ ਸਾਡੇ ਭਾਈਚਾਰੇ ਲਈ ਤੁਹਾਡਾ ਕੀ ਸੰਦੇਸ਼ ਹੈ ਮੇਰਾ ਸਿਰਫ ਇੱਕ ਹੀ ਬੇਨਤੀ ਹੈ ਮੇਰੇ ਸਭ ਨੂੰ ਸਪੀਡ ਤੇ ਸਪੇਸ ਮੈਨੇਜਮੈਂਟ ਜੇ ਤੁਸੀਂ ਡਿਸੀਜਨ ਲੈਣਾ ਹੈ ਫਟਿਕ ਡਰਾਈਵਿੰਗ ਨਾ ਕਰੋ ਕਿਉਂਕਿ ਤੁਸੀਂ ਜ਼ਿਆਦਾ ਜਲਦੀ ਥੱਕੋਗੇ ਵਾਈਪਰ ਚੱਲਣਗੇ ਸਨੋ ਆ ਰਹੀ ਹੈ ਠੀਕ ਹੈ ਟ੍ਰੈਫਿਕਸ ਜ਼ਿਆਦਾ ਹੋਣਗੇ ਰੋਡ ਬਲੌਕੇਜ ਜ਼ਿਆਦਾ ਹੋਣਗੀਆਂ ਤੁਹਾਨੂੰ ਜ਼ਿਆਦਾ ਟਾਈਮ ਲੱਗੂਗਾ ਤੁਸੀਂ ਜ਼ਿਆਦਾ ਥੱਕੋਗੇ ਤੇ ਆਨਾ ਵਧੀਆ ਕੀ ਹੈ ਫ੍ਰੀਕੁਐਂਟ ਬ੍ਰੇਕਸ ਲੋ ਤੇ ਡਿਸਟੈਂਸ ਬਣਾ ਕੇ ਚਲੋ ਯੂ ਵਿਲ ਬੀ ਫਾਈਨ ਥੈਂਕ ਯੂ ਸੋ ਮਚ ਕੀਤੂ ਜੀ ਥੈਂਕ ਯੂ ਯਸ਼ੀ ਥੈਂਕ ਯੂ ਫॉर ਇਨਵਾਈਟਿੰਗ